ਅਸਲਾਮ ਅਲੈਕਮ ਦੋਸਤੋ ਨਵੀਂ ਚੀਜ਼ ਤੁਹਾਡੀ ਖਿਦਮਤ ਵਿੱਚ ਘਿੰਨ ਕੇ ਹਾਜ਼ਰ ਹੋਏ ਆਂ ਦੇਖੋ ਇਹ ਟਰੈਕਟਰ ਤੁਹਾ ਕੋ ਨਜ਼ਰ ਆਂਦਾ ਪਿਓ ਸੀ ਸਾਹਮਣੇ ਲੋਗੋ ਵੀ ਇਹਦਾ ਚੈੱਕ ਕਰ ਗਨੋ ਇਹਦੀ ਕੰਪਨੀ ਦਾ ਨਾਮ ਲਿਖਾ ਹੋਇਆ ਸੀ ਸ਼ਾਇਦ ਔਰ ਇਹ ਟਰੈਕਟਰ ਦਿਖਾਉਣ ਦਾ ਮਕਸਦ ਇਹ ਹੈ ਪਿਆ ਜੋ ਇਹ ਟਰੈਕਟਰ ਪੈਟਰੋਲ ਤੇ ਚੱਲਣ ਵਾਲਾ ਹੈ ਸਾਹਮਣੇ ਦੇਖੋ ਇਹਦਾ ਕਾਰਬੋਰੇਟਰ ਦੇ ਗਨੋ ਇਹਦੀ ਸੇਮ ਜੋ ਡਿਜ਼ਾਈਨ ਕੀਤਾ ਗਿਆ ਹੈ ਨਹੀਂ ਆਖਾ ਮੈਂ ਦਾ ਕੁਝ ਕੁਝ ਇਹਦੇ ਪਾਟ ਜਿਹੜੇ ਹਣ ਉਹ ਤਕਰੀਬਨ ਮੈਸੀ 240 ਨਾਲ ਹ ਮਿਲਦੇ ਜੁਲਦੇ ਨੇ ਇਹ ਪਿਛਲੀ ਸਾਈਡ ਵੀ ਲੇ ਗਿਨੋ ਮੋਡੀਗਾਰ ਤਾਂ ਸ਼ਾਇਦ ਕੋਈ ਪੁਰਾਣੇ ਫੀਡ ਹੁੰਦੇ ਹਨ ਉਹਨਾਂ ਨਾਲ ਹੀ ਮੈਚ تھی ਸਕਦੇ ਹਨ ਬਰ ਹਾਲ ਇਹ ਟਰੈਕਟਰ ਹੈਪੀਆ ਜਿਹੜਾ ਪੈਟਰੋਲ ਤੇ ਚੱਲਦਾ ਹੈ ਤੇ ਇਹ ਆਪਣੀ ਅਸਲ ਹਾਲਤ ਤੇ ਆਪਣੇ ਜੈਨੂਨ ਟਾਇਰਾਂ 'ਚ ਖੜੇ ਇਸ ਨੂੰ ਚਲਾਉਣ ਵਾਲਾ ਬੰਦਾ ਸ਼ਾਇਦ ਇੰਡੀਆ ਚ ਚਲਾਇਦਾ ਹੋਸੀ ਇੱਥਾ ਪਾਕਿਸਤਾਨ ਚ ਜਲੇ ਟਰੈਕਟਰ ਇੰਡੀਆ ਚ ਪਾਕਿਸਤਾਨ ਚ ਆਏ ਹੋਏ ਲੋਗ ਇਹ ਉਹਨਾਂ ਦਾ ਟਰੈਕਟਰ ਹੈ ਜਦੋਂ ਉਹ ਪਾਕਿਸਤਾਨ ਚ ਹੰਦੀ ਵਫਾਤ ਹੋਈਏ ਤਾਂ ਉਹਦਾ ਬਕਾਇਦਾ ਦਰਬਾਰ ਬਣਾਇਆ ਹੋਏ ਇੱਥਾ ਜ਼ਿਲ੍ਹਾ ਭਖਰ ਖਨਸਰ ਯੂਨੀਅਨ ਦੇ ਇੱਕ ਚੱਕ ਦੇ ਵਿੱਚ ਇਹ ਇਹਦੇ ਸੀਡੀਆਈ ਚੈੱਕ ਕਰੋ ਜਿਹੜਾ ਪਲੱਗਾਂ ਨੂੰ ਕਰੰਟ ਵਗੈਰਾ ਦਿੰਦਾ ਹੈ ਇਹ ਇਹਦੇ ਉਜ਼ਾਰ ਨੇ ਟਰੈਕਟਰ ਦੇ ਜੇ ਕੋ ਪਤਾ ਨਹੀਂ ਕਿ ਆਖਵੇਂ ਦੇ ਡ੍ਰਿੱਲ ਹੋਸੀ ਸ਼ਾਇਦ ਡ੍ਰਿੱਲੇ ਤੇ ਉਸ ਟਾਈਮ ਦਾ ਲੋਹਾ ਹਾਲੇ ਵੀ ਆਪਣੀ ਅਸਲ ਹਾਲਾਤ ਵਿੱਚ ਇਤਨੀ ਇਸ ਨੂੰ ਜ਼ੰਗ ਵੀ ਨਹੀਂ ਕੁਝ ਡੈਮੇਜ ਕੀਤਾ ਨਾ ਕਿ ਇਸ ਤੇ ਕੋਈ ਬੈਲਟ ਯੂਜ਼ ਹੁੰਦੇ ਨਾ ਬਾਕੀ ਗਰਾਰੀਆਂ ਸਿਸਟਮ ਕੁਝ ਪਾਰਟ ਤੁਸਾਂ ਦੇ ਦੇ ਪਏ ਉਸ ਤੇ ਕੁਝ ਬਾਅਦ ਵਿੱਚ ਲਾ ਵੇਨ ਇਹ ਸਾਹਮਣੇ ਦੇਖ ਗਿਨੋ ਇਹ ਉਹ ਫਰੇਮ ਹੈ ਜਿਹਦੇ ਨਾਲ ਚੜੇ ਜੋ ਨਾਲੀ ਕੀਤੇ ਵੇਨਨ ये सामने अगू बीज रखा वह ज़रा गोल जिया इसको क्या दा, टोपा इंट बीज गता तले पैंप लग के तले ओ सामने फालियाँ बीज पिछे गिर आई पिछे सीट लगी हुई बंदे वास्ते ये सामने ज़रा नया बिया औजार है अस अज के दौर को रेजर बलेड ही आख स लेकिन ये उस टाइम का रेजर बलेड है ये पिछले कंघी लगी गई है जमीन सख्त कुरदरा कर वा ਇਹ ਇਹਦਾ ਹੱਲੇ ਪਿਆ ਹੱਲੀ ਇਹਦਾ ਬਕਾਇਦਾ ਫਾਲਾਂ ਦੀ ਅਡਜਸਟਮੈਂਟ ਹੁੰਦੀ ਏ ਬੜਾ ਕਿਸ ਕਿਸਮ ਦਾ ਹੱਲੇ ਨਾ ਇਸ ਕੋਈ ਸਪਰਿੰਗ ਇਹਿੰਦੇ ਕੁਝ ਇਕੱਠਾ ਕਰਨ ਵਾਲੀ ਪਤਨੀ ਕਿਛੇ ਹੁੰਦੀ ਏ ਕੋਈ ਹੈ ਰੋ ਜਈ ਹੈ ਪਈ ਜੇ ਕੋ ਕੁਝ ਇਕੱਠਾ ਕਰਨ ਵਾਸਤੇ ਇਸਤੇਮਾਲ ਕੀਤਾ ਵੈਂਦਾ ਏ ਇਹ ਫੋਲਡ ਹੋਈ ਪਈ ਏ